ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਕੈਨੇਡਾ ਤੋਂ ਆਇਆ ਹੈ ਜਿੱਥੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੱਗੇਵਾਲ ਦੇ ਰਹਿਣ ਵਾਲੇ ਪੰਜਾਬੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਟਿੰਡਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਉਹ ਕਰੀਬ 5 ਮਹੀਨੇ ਪਹਿਲਾਂ ਹੀ ਉੱਥੇ ਕਬੱਡੀ ਖੇਡਣ ਗਿਆ ਸੀ। ਜਦੋਂ ਮੈਂ ਪਰਿਵਾਰ ਕੋਲ ਪਹੁੰਚਿਆ ਤਾਂ ਉਹ ਰੋ ਰੋ ਕੇ ਬੁਰਾ ਹਾਲ ਕਰ ਲਿਆ। ਮ੍ਰਿਤਕ ਤਲਵਿੰਦਰ ਸਿੰਘ ਦੇ ਪਿਤਾ ਸ਼ੀਤਲ ਸਿੰਘ ਜੋ ਕਿ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਪੇਸ਼ੇ ਵਜੋਂ ਡਰਾਈਵਰ ਹਨ, ਡਰੇ ਮਾਣਾ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਕਰੀਬ 5 ਮਹੀਨੇ ਪਹਿਲਾਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਰਵਿੰਦਰ ਸਿੰਘ ਵੀ ਆਏ ਸੀਗੇ? ਨਹੀਂ, ਕੁਆਰ ਆਈ ਸੀ ਹਜੇ। ਪਰਿਵਾਰ ਚ ਕੌਣ ਕੌਣ ਹੈ? ਦੋ ਬੇਟੀਆਂ ਵੱਡੀਆਂ, ਛੋਟਾ ਸੀ, ਛੋਟਾ ਸੀ ਪੁੱਤ ਮੇਰਾ। ਤੁਹਾਨੂੰ ਕਿਵੇਂ ਪਤਾ ਲੱਗਾ ਉਹਨਾਂ ਦੀ ਮੌਤ? ਮੈਨੂੰ ਨਹੀਂ ਸੀ ਪਤਾ, ਇੱਥੇ ਪਿੰਡ 'ਚ ਪਤਾ ਸੀ, ਮੈਨੂੰ ਤਾਂ ਜਾ ਕੇ 3 ਵਜੇ ਪਤਾ ਲੱਗਾ। ਮੈਨੂੰ ਨਹੀਂ ਕਿਸੇ ਨੇ ਵੀ ਦੱਸਿਆ। ਹਰ ਮਾਂ ਪਿਓ ਨੂੰ ਆਪਣੇ ਬੱਚਿਆਂ ਦੀਆਂ ਬੜੀਆਂ ਉਮੀਦਾਂ ਹੁੰਦੀਆਂ, ਕੀ ਉਮੀਦ ਰੱਖੀ ਸੀਗੀ ਤੁਸੀਂ? ਬਹੁਤ ਜ਼ਿਆਦਾ ਉਮੀਦ ਸੀ, ਬਹੁਤ ਰੀਝਾਂ ਸੀ ਬਹੁਤ ਦੇ ਨਾਲ। ਅਕਸਰ ਕਬੱਡੀ ਖੇਡਣ ਜਾਂਦੇ ਸੀਗੇ, ਆਉਂਦੇ ਸੀ, ਕੀ ਗੱਲਬਾਤ ਹੁੰਦੀ ਸੀ ਪਰਿਵਾਰ ਨਾਲ? ਬਹੁਤ ਗੱਲਾਂ ਕਰਦਾ ਹੁੰਦਾ ਸੀ, ਮੰਮੀ ਇੱਦਾਂ ਕਰਨਾ, ਆਪਾਂ ਘਰ ਦੀਆਂ ਗੱਲਾਂ ਕਰੀ ਜਾਣੀਆਂ, ਇੱਦਾਂ ਮੰਮੀ ਕਰਾਂਗੇ, ਇੱਦਾਂ ਕੰਮ ਕਰਾਂਗੇ। ਮੈਨੂੰ ਨਹੀਂ ਸੀ ਪਤਾ, ਪੁੱਤ ਨੇ ਇੰਨਾ ਹੀ ਮੈਨੂੰ ਇੱਥੇ ਛੱਡ ਜਾਣਾ ਵਾ। ਕੀ ਮੰਗ ਕਰਦਾ ਪਰਿਵਾਰ? ਮੰਗ ਇਹੋ ਹੀ ਆ ਵੀ ਸਾਡਾ ਬੱਚਾ ਡਿੱਗਾ ਆ ਜੇ। ਹਾਂਜੀ ਸਰ, ਜਿਹੜੇ ਬੱਚੇ ਦੀ ਮੌਤ ਹੋਈ ਵਿਦੇਸ਼ ਵਿੱਚ, ਤੁਹਾਡੇ ਕੀ ਲੱਗਦੇ ਸੀਗੇ? ਉਹ ਮੇਰੇ ਬੇਟੇ ਸੀਗੇ ਜੀ। ਵਿਦੇਸ਼ ਕਦੋਂ ਗਏ ਔਰ ਕਿਸ ਵੇਸ ਤੇ ਗਏ? ਉਹ ਕਬੱਡੀ ਤੌਰ ਤੇ ਗਏ ਆ ਜੀ, 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ। ਘਟਨਾ ਕਿਵੇਂ ਵਾਪਰੀ? ਘਟਨਾ ਇਹ ਅਟੈਕ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ, ਦੱਸਦੇ ਆ ਇਹ ਮਤਲਬ ਇਕੱਲਾ ਸੀਗਾ ਉੱਥੇ ਕਮਰੇ ਦੇ ਵਿੱਚ, ਜਦੋਂ ਇਹਨਾਂ ਨੇ ਕਿਸੇ ਨੇ ਵੇਖਿਆ ਵਾ ਤਾਂ ਉਸ ਟਾਈਮ ਇਹਦੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ, ਉਹ ਤੋਂ 3-4 ਘੰਟੇ ਬਾਅਦ 'ਚ ਇਹਦੀ ਮੌਤ ਹੋ ਗਈ ਆ ਜੀ। ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ? ਸਾਨੂੰ ਨੈੱਟ ਰਾਹੀਂ, ਨੈੱਟ 'ਤੇ ਪਾਇਆ ਜੀ, ਉਹ ਤੋਂ ਪਹਿਲਾਂ ਕਿਸੇ ਨੇ, ਆਮ ਲੋਕਾਂ ਨੂੰ ਪਤਾ ਲੱਗ ਗਿਆ, ਸਾਨੂੰ ਇਸ ਲਈ ਜਾ ਕੇ ਪਤਾ ਲੱਗਾ, ਲੇਟ ਲੱਗਾ ਪਤਾ, ਬਹੁਤ ਸਾਨੂੰ ਦੱਸੇ ਨਾ ਕੋਈ। ਤੁਸੀਂ ਉੱਥੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ? ਸਾਡੀ ਹਾਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ, ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਸੀਗਾ, ਅਤੇ ਹਾਲੇ ਤੱਕ ਸਾਡੀ ਉਹ ਹੁਣ ਕਲੱਬ ਵਾਲਿਆਂ ਮੁੰਡਿਆਂ ਨਾਲ ਗੱਲ ਹੋਈ ਆ ਜੀ, ਕੱਲ੍ਹ ਦੀ ਕੁਛ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜੇ ਆ ਕਾਗਜ਼ ਪੱਤਰ, ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ 1-2 ਜਿਹੜੇ ਉਹ ਕੋਸ਼ਿਸ਼ ਕਰਨ ਰਹੇ ਆ ਜੀ ਉੱਥੇ।